जय जवान जय किसान जी। ਅਸੀਂ ਸਾਬਕਾ ਸੈਨਿਕ ਸਵਰਸ ਕਮੇਟੀ ਅਸੀਂ ਫੌਜੀ ਆਦਮੀ ਹਾਂ। ਅੱਛਾ ਅੱਛਾ ਟੈਡ ਫੌਜੀ ਹੈ ਜੀ। ਤੁਸੀਂ ਬਾਬਾ ਜੀ ਨੇ ਗੱਲ ਕੀਤੀ ਦੀਪ ਸਿੱਧੂ ਦੀ, ਅਸੀਂ ਉਹਨੂੰ ਸਲੂਟ ਕਰਦੇ ਹਾਂ ਜੀ। ਠੀਕ ਹੈ ਨਾ ਜੀ, ਅਸੀਂ ਉਹਨੂੰ ਮੰਨਦੇ ਹਾਂ ਜੀ ਜੀ। ਉਹਨਾਂ ਨੇ ਜਦੋਂ ਉਹ ਬੋਲਦਾ ਸੀ ਪੰਜਾਬ ਬੋਲਦਾ ਸੀ। ਹਾਂ, ਦੀਪ ਸਿੱਧੂ ਨੂੰ ਬੜੇ ਭੈੜੇ ਸ਼ਬਦ ਵਰਤੇ ਉਹ ਬੰਦੇ ਨੇ। ਅੱਜ ਫਿਰ ਉਹਨੇ ਇਹੋ ਜਿਹਾ ਬਿਆਨ ਦੇ ਕੇ ਆਪਣੇ ਕਿਸਾਨ ਭਰਾਵਾਂ ਦੇ ਵਿਰੋਧ ਚ ਉਤਰਿਆ ਬੰਦਾ। ਦੁਸ਼ਮਣ ਸਾਡਾ ਇੱਕ ਆ, ਪਰ ਸਾਡੀਆਂ ਲੱਤਾਂ ਖਿੱਚਣ ਦੀ ਜਿਹੜੀ ਕੋਸ਼ਿਸ਼ ਉਹ ਪੰਜਾਬ ਚ ਅੱਜ ਤੋਂ 20-25 ਦਿਨ ਪਹਿਲੇ ਹੋ ਗਈ, ਜਿਹੜਾ ਅਖਬਾਰਾਂ ਰਾਹੀਂ ਦਿੱਤਾ ਗਿਆ ਵੀ ਅਸੀਂ ਮੋਰਚੇ ਦਾ ਕਰਦੇ ਨਹੀਂ ਗੀ, ਸਮਰਥਨ ਨਹੀਂ ਕਰਦੇ। ਜਦੋਂ ਕਿ MSP ਗਰੰਟੀ ਕਾਨੂੰਨ ਉਹਨਾਂ ਨੂੰ ਵੀ ਚਾਹੀਦਾ, ਸਾਨੂੰ ਵੀ ਚਾਹੀਦਾ, ਤੁਹਾਨੂੰ ਵੀ ਚਾਹੀਦਾ। ਨਿਗਾਹ ਮਾਰ ਦਿਓ, ਆਹ ਸੈਂਕੜੇ ਮੀਲਾਂ ਦਾ ਤੱਕ ਆ ਨਾ, ਇਹ ਕੱਲਾ ਇਹਨਾਂ ਜਥੇਬੰਦੀਆਂ ਦਾ ਨਹੀਂ, ਇਹ ਸਿੱਧੂ ਪੌਰ ਪੰਧੇਰ ਜਥੇਬੰਦੀ, ਉਹ ਪੰਜਾਬ ਦੇ ਕਿਰਤੀ ਸਿੰਘਾਂ ਦਾ ਇਕੱਠ ਆ, ਜਿਹੜੇ ਆਪਣੇ ਹੱਕ ਲੈ ਆਏ ਨੇ। ਵੀ ਸਨਾਹ ਨਹੀਂ ਭੇਜੇ ਗਏ, ਪਹਿਲੀ ਗੱਲ ਤੇ ਜਿਹੜੇ ਹੱਕਾਂ ਦੀਆਂ ਜੰਗਾਂ ਲੜੀਆਂ ਜਾਂਦੀਆਂ, ਪੰਨੂ ਭਨੇਰ ਦੀ ਕੋਈ ਰਿਸ਼ਤੇਦਾਰੀ ਦਾ ਕੰਮ ਨਹੀਂ, ਕੋਈ ਹਰਿਆਣੇ ਦੀ ਜਾਂ ਦਿੱਲੀ ਦੀ ਜਾਂ ਕੋਈ ਰਿਸ਼ਤੇਦਾਰੀ ਦੀ ਗੱਲ ਕਰਨੀ ਆ, ਇਹ ਸੁਨੇਹਾ ਜਿਹੜਾ ਭੇਜਿਆ ਨਹੀਂ ਜਾਂਦਾ। ਪਰ ਫਿਰ ਵੀ ਅਸੀਂ ਜਦੋਂ ਇਹ ਦੋਵਾਂ ਫੋਰਮਾਂ ਨੂੰ ਇਕੱਠਿਆਂ ਕੀਤਾ, ਹਰ ਵਿਅਕਤੀ ਤੱਕ ਪਹੁੰਚ ਕੀਤੀ ਆ, ਪਰ ਉਹਨਾਂ ਆਪਣੀ ਈਗੋ ਨਹੀਂ ਛੱਡੀ, ਆਪਣਾ ਜਿਹੜਾ ਹੰਕਾਰ ਪਾ ਨਹੀਂ ਛੱਡਿਆ। ਕਿਉਂਕਿ ਨੌਜਵਾਨ ਬੜੇ ਅੱਕੇ ਫਿਰਦੇ ਆ, ਕਹਿੰਦੇ ਵੀ ਸਾਨੂੰ ਦਿਓ ਇਜਾਜ਼ਤ, ਇਹ ਤਾਂ ਅਸੀਂ 10 ਮਿੰਟਾਂ 'ਚ ਪਾਰ ਕਰਕੇ ਦਿੱਲੀ ਪਹੁੰਚ ਜਾਵਾਂਗੇ। ਕਿਉਂਕਿ ਦੀਪ ਸਿੱਧੂ ਉਹ ਹਸਤੀ ਸੀ ਜਦੋਂ ਬੈਰੀਕੇਡ ਤੋੜੇ 12 ਘੰਟਿਆਂ ਦੇ ਵਿੱਚ ਦਿੱਲੀ ਲੈ ਗਿਆ ਸੀ, ਕਿ ਸਾਡਾ ਖੂਨ ਇੱਕ ਆ, ਸਾਡਾ ਬਲੱਡ ਇੱਕ ਆ, ਇਸ ਕਰਕੇ ਪਹਿਲਾਂ ਅਸੀਂ ਬੈਰੀਅਰ ਤੋੜੀਏ ਤੇ ਅੱਗੇ ਜਾ ਕੇ ਆਪਣਾ ਦਿੱਲੀ 'ਚ ਜਿਹੜਾ ਜਿੰਨੀ ਅਸੀਂ 10 ਮੰਗਾਂ ਲੈ ਕੇ ਆਏ ਆ, ਕਿਸਾਨ ਮਜ਼ਦੂਰ ਦਾ ਸਮੁੱਚੇ ਕਰਜ਼ੇ ਦੀ ਗੱਲ ਆ, ਡਾਕਟਰ ਸਵਾਮੀਨਾਥਨ ਦੀ ਰਿਪੋਰਟ ਦੀ ਗੱਲ ਆ, ਬਿਜਲੀ ਐਕਟ ਸੋਧ ਬਿੱਲ ਦੀ ਗੱਲ ਆ, ਪ੍ਰਦੂਸ਼ਣ ਐਕਟ ਦੀ ਗੱਲ ਆ, ਇਹ ਜਿਹੜੇ ਮਸਲੇ ਲੈ ਕੇ ਜਿਹੜਾ ਲਖੀਮਪੁਰ ਖੀਰੀ ਦੇ ਇਨਸਾਫ ਦੀ ਗੱਲ ਆ, ਮਸਲੇ ਉਹੀ ਆ ਜਿਹੜੇ ਮੋਦੀ ਸਰਕਾਰ ਵੇਲੇ ਤੁਸੀਂ ਹੋਲਡ ਕਰਕੇ ਆ ਗਏ ਹੋ। ਅੱਜ ਫਿਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਦੋਵਾਂ ਫੋਰਮਾਂ ਨੇ ਜਿਹੜੀ ਲੜਾਈ ਦਿੱਤੀ ਆ, ਇਹ ਲੜਾਈ ਲੜਨ ਵਾਸਤੇ ਅਸੀਂ ਨੌਜਵਾਨਾਂ ਨੂੰ ਸੁਨੇਹਾ ਦਿੱਤਾ, ਹਰ ਵਰਗ ਨੂੰ ਸੁਨੇਹਾ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸ਼ੰਭੂ ਬਰਦੇ ਆ, ਰਾਤ ਦਾ ਸਮਾਂ ਹੋ ਚੁੱਕਾ ਹੈ। ਸਾਡੇ ਨਾਲ ਜ਼ਿਲ੍ਹਾ ਆਗੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਰਦਾਰ ਵਰਿੰਦਰਜੀਤ ਸਿੰਘ ਜੀ ਕੰਗ ਸਾਡੇ ਨਾਲ ਜੁੜੇ ਨੇ, ਗੱਲਬਾਤ ਕਰਾਂਗੇ ਜ਼ਿਲ੍ਹਾ ਆਗੂ ਨੇ, ਕਿਉਂਕਿ ਅੱਜ ਇੱਕ ਬੜਾ ਵੱਡਾ ਬਿਆਨ ਕਾਮਰੇਡ ਲਾਣੇ ਵੱਲੋਂ ਆਇਆ ਹੈ, ਜਿਹੜਾ ਦੀਪ ਸਿੱਧੂ ਨੂੰ ਬਹੁਤ ਬਦਨਾਮ ਕੀਤਾ, ਜਿਹਨੇ ਰਜਿੰਦਰ ਸਿੰਘ ਨਾਮ ਆ ਉਹਦਾ, ਉਹਨੇ ਕਿਹਾ ਕਿ ਸਾਡੇ ਤੋਂ ਬਗੈਰ ਤੁਹਾਡੇ ਕੋਲ ਨਾ ਤੇ ਬੈਰੀਕੇਡ ਟੁੱਟਣੇ ਆ, ਨਾ ਤੁਹਾਡੇ ਕੋਲ ਸੰਘਰਸ਼ ਕਾਮਯਾਬ ਹੋਣਾ ਹੈ, ਤੁਸੀਂ ਇਸੇ ਤਰ੍ਹਾਂ ਵਾਪਸ ਆਉਣਗੇ। ਇੱਕ ਤਾਂ ਕਿਸਾਨਾਂ ਦੇ ਜ਼ਖਮਾਂ ਤੇ ਲੋਨ ਛਿਣਕਣਾਂ ਦਾ ਕੰਮ ਕੀਤਾ ਹੈ, ਗੱਲ ਕਰਾਂਗੇ ਪੰਧੇਰ ਜਥੇਬੰਦੀ ਦੇ ਜ਼ਿਲ੍ਹਾ ਆਗੂ ਨੇ ਸਰਦਾਰ ਵਰਿੰਦਰਜੀਤ ਸਿੰਘ ਜੀ ਕੰਗ ਤਰਨ ਤਾਰਨ ਤੋਂ ਨੇ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਪ ਸਿੱਧੂ ਨੂੰ ਬੜੇ ਭੈੜੇ ਸ਼ਬਦ ਵਰਤੇ ਉਹ ਬੰਦੇ ਨੇ, ਅੱਜ ਫਿਰ ਉਹਨੇ ਇਹੋ ਜਿਹਾ ਬਿਆਨ ਦੇ ਕੇ ਆਪਣੇ ਕਿਸਾਨ ਭਰਾਵਾਂ ਦੇ ਵਿਰੋਧ 'ਚ ਭੁਗਤ ਰਿਹਾ ਬੰਦਾ, ਕਿਵੇਂ ਕਿਵੇਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਮੈਂ ਤਾਂ ਇਹ ਕਹਿਣਾ ਚਾਹੂੰਗਾ ਵੀ ਵੇਖੋ, ਇਹ ਜਿਹੜਾ ਦੁਸ਼ਮਣ ਸਾਡਾ ਇੱਕ ਆ, ਪਰ ਸਾਡੀਆਂ ਲੱਤਾਂ ਖਿੱਚਣ ਦੀ ਜਿਹੜੀ ਕੋਸ਼ਿਸ਼ ਉਹ ਪੰਜਾਬ ਚ ਅੱਜ ਤੋਂ 20-25 ਦਿਨ ਪਹਿਲੇ ਹੋ ਗਈ, ਜਿਹੜਾ ਅਖਬਾਰਾਂ ਰਾਹੀਂ ਦਿੱਤਾ ਗਿਆ ਵੀ ਅਸੀਂ ਮੋਰਚੇ ਦਾ ਕਰਦੇ ਨਹੀਂ ਗੀ, ਸਮਰਥਨ ਨਹੀਂ ਕਰਦੇ। ਜਦੋਂ ਕਿ MSP ਗਰੰਟੀ ਕਾਨੂੰਨ ਉਹਨਾਂ ਨੂੰ ਵੀ ਚਾਹੀਦਾ, ਸਾਨੂੰ ਵੀ ਚਾਹੀਦਾ, ਤੁਹਾਨੂੰ ਵੀ ਚਾਹੀਦਾ, ਕਿਉਂਕਿ ਇਹ ਤੋਂ ਬਿਨਾਂ ਗੁਜ਼ਾਰਾ ਨਹੀਂ, ਨਾ ਵਪਾਰੀ ਦਾ, ਨਾ ਦੁਕਾਨਦਾਰ ਦਾ, ਨਾ ਮਜ਼ਦੂਰ ਦਾ, ਨਾ ਕਿਸਾਨ ਦਾ। ਇਹ ਇਸ ਵੇਲੇ ਬਿਆਨ ਦੇ ਕੇ ਕਿਤੇ ਨਾ ਕਿਤੇ ਅਸੀਂ ਤੇ ਇਹ ਗੱਲ ਸੋਚ ਰਹੇ ਹਾਂ ਵੀ ਉਹਦੀ ਆਪਣੀ ਸਮਝ ਆ, ਪਤਾ ਨਹੀਂ ਕਿੱਦਾਂ ਦੇ ਆ, ਵੀ ਇਸ ਵੇਲੇ ਉਹ ਸੈਂਟਰ ਸਰਕਾਰ ਦੇ ਹੱਕ 'ਚ ਭੁਗਤ ਰਿਹਾ ਵਾ, ਜੇ ਸਿੱਧੇ ਰੂਪ 'ਚ ਵੇਖ ਲਈਏ, ਕਿਉਂਕਿ ਜੇ ਸਰਕਾਰ ਦੇ ਰੂਪ 'ਚ ਭੁਗਤ ਰਿਹਾ ਵਾ ਤੇ ਸਾਡਾ ਤੇ ਨੁਕਸਾਨ ਉਹਨੇ ਘੱਟ ਕਰਨਾ। ਪਿੰਡਾਂ 'ਚ ਤੁਸੀਂ ਦੇਖ ਰਹੇ ਜੇ, ਮੀਡੀਆ ਰਾਹੀਂ ਜਦੋਂ ਦਾ ਦਿਖਾ ਰਿਹਾ ਜੇ, ਲੋਕ ਇਹਨਾਂ ਜਥੇਬੰਦੀਆਂ ਨੂੰ ਟੁੱਟ ਕੇ ਤੇ ਲੜਨ ਵਾਲੀਆਂ ਜਥੇਬੰਦੀਆਂ ਦਾ ਲੜ ਫੜ ਰਹੇ ਆ, ਜਿਹਦਾ ਕਰਕੇ ਉਹ ਆਪ ਮਹਾਰੇ ਵੀ ਇਹਨਾਂ ਬਾਰਡਰਾਂ ਤੇ, ਤੁਸੀਂ ਮਗਰੀ ਵੀ ਦੇਖ ਕੇ ਜੇ ਵੀ ਰਾਤਾਂ ਕੱਟ ਰਹੇ ਆ, ਦਿਨ ਕੱਟ ਰਹੇ ਆ, ਇਹ ਕਿਤੇ ਵੀ ਜਜ਼ਬਾ ਨਹੀਂ। ਇਹ ਜਿੱਥੇ ਜਿਹੜੀ ਪੰਜਾਬ ਦੀ ਧਰਤੀ ਤੇ ਆਪਾਂ ਖਲੋਤੇ ਆ, ਇਹ ਜਥੇਬੰਦੀ ਤੋਂ ਬਿਨਾਂ ਵੀ ਜਿਹੜੇ ਇੱਥੇ ਲੋਕ ਆਪ ਮਹਾਰੇ ਸਾਡੇ ਨੌਜਵਾਨ ਆਏ ਆ, ਜਿਨ੍ਹਾਂ ਅੱਗੇ ਬੈਰੀਕੇਡ ਪੁੱਟ ਕੇ ਦਿੱਲੀ ਦੀ ਧਰਤੀ ਤੇ ਲੈ ਗਏ ਆ, ਅੱਜ ਵੀ ਜਿਨ੍ਹਾਂ ਨੂੰ ਨਸ਼ੇ ਦੇ ਗੁਲਤਾਨ ਦੱਸਿਆ ਗਿਆ, ਨੌਜਵਾਨ ਨਸ਼ੇ ਦੀ ਭੇਟ ਚੜੇ ਦੱਸਿਆ ਗਿਆ, ਉਹ ਅੱਜ ਵੀ ਮੋਢਿਆਂ ਤੇ ਸੰਗਰ ਰੱਖ ਕੇ ਬੈਠੇ ਆ। ਮੈਂ ਕੈਮਰਾਮੈਨ ਨੂੰ ਕਵਾਂਗਾ ਇੱਧਰ ਇੱਕ ਵਾਰੀ ਨਿਗਾਹ ਮਾਰ ਦਿਓ, ਆਹ ਜਿਹੜਾ ਸੈਂਕੜੇ ਮੀਲਾਂ ਦਾ ਇਕੱਠ ਆ ਨਾ, ਇਹ ਕੱਲਾ ਇਹਨਾਂ ਜਥੇਬੰਦੀਆਂ ਦਾ ਨਹੀਂ, ਇਹ ਸਿੱਧੂ ਪੌਰ ਪੰਧੇਰ ਜਥੇਬੰਦੀ, ਉਹ ਪੰਜਾਬ ਦੇ ਕਿਰਤੀ ਸਿੰਘਾਂ ਦਾ ਇਕੱਠ ਆ, ਜਿਹੜੇ ਆਪਣੇ ਹੱਕ ਲੈਣ ਆਏ ਨੇ, ਔਰ ਉਹ ਹੱਕ ਇਹਨਾਂ ਜਥੇਬੰਦੀਆਂ ਨੇ ਵੀ ਲੈਣੇ, ਜਿਹੜੇ ਕਿਸਾਨ ਜਥੇਬੰਦੀਆਂ 13 ਮਹੀਨੇ ਬੈਠ ਕੇ ਉੱਠ ਆਈਆਂ ਸਨ, ਜੇ ਇਹਨਾਂ ਦਾ ਸਾਥ ਦੇ ਦਿੰਦੇ ਬੱਲੇਵਾਲ ਸਾਹਿਬ ਪੰਧੇਰ ਸਾਹਿਬ ਦਾ, ਕਿ ਆਓ ਆਪਾਂ MSP ਦਾ ਲੜਾਈ ਵੀ ਲੜ ਲਈਏ, ਪਰ ਉਦੋਂ ਇਹ ਨਾਲ ਲੜਾਈ ਲੜ ਸਕੇ। ਅੱਜ ਫਿਰ ਸਾਡੇ ਕਿਸਾਨ ਭਰਾਵਾਂ ਨੂੰ ਦੁਖੀ ਹੋ ਕੇ ਸੜਕਾਂ ਤੇ ਬਹਿਣਾ ਪੈ ਰਿਹਾ, ਔਰ ਅੱਜ ਇਹ ਲੋਕ ਮਿਹਰੇ ਮਾਰ ਰਹੇ ਨੇ,
जो कि मेरे बनते नहीं सी इन्हों के मारने चाहिए भी साडे कोल गलती हो गई है असं पहले दिन नहीं तुरे अज तुहाडे नाल तुरन नहीं तैयार हाँ। वेखो जी मैं तो भी कहूंगा भी विचो तुसीं बयान सुन रहे जे भी सुना नहीं भेजे गए पहली गल तो जिहड़े हक्कां दीआं जंगां लड़ियां जांदियां पन्नू पनेर की कोई रिश्तेदारी का काम नहीं भी उन्हें हरियाणे च जां दिल्ली च जाके रिश्तेदारी की गल करनी आ यह सुनेहा जिहड़ा भेजा नहीं जांदा पर फिर भी असी जो दोवां फोरमां नूं कठिया किया हर व्यक्ति तक पहुंच की आ पर उन्हें अपनी ईगो नहीं छड़ी अपना जिहड़ा हंकार पन नहीं छड़िया उन्होंने यह नहीं सोचा कि जिहड़ी लड़ाई किसान मजदूर दी जिहड़े कि साडे नाल लड़न मरन लई तैयार है नौजवान तैयार आ असीं उन्हां दा सहयोग अज ही मैनूं वक्त नूं पछाणो अजे भी कुछ नहीं विगड़िया कुछ नहीं अजे नहीं भी कुछ भी नहीं विगड़िया मान लो रात गलबात चल रही आ नहीं कोई हल हों रल के बैरियर तोड़िए ना कि अपने इतने सेहरा लीए कि असी कामरेड ना जाइए असी फलाने ना जाइए असी कहने ये टैग साडे ते बाद च ला लियो कि कौन खालिस्तानी आ कौन जुझारू आ कौन मंझैल है कौन दुआबी आ पहलो ये वेखिए कि असी रल के साडा खून एक आ साडा ब्लड एक आ इस करके पहलो असी बैरियर तोड़िए ते अगे जाके अपना दिल्ली च जिहड़ा जिन्नी असी 10 मंगा लैके आए हैं किसान मजदूर का समुचे करजे की गल आ डॉक्टर स्वामीनाथन की रिपोर्ट की गल आ बिजली एक्ट सोध बिल की गल आ प्रदूषण एक्ट की गल आ ये जिहड़े मसले लैके जिहड़ा लखीमपुर खीरी के इंसाफ की गल आ मसले ओही आ जिहड़े मोदी सरकार वेले तुसीं होल्ड करके आ गए हो अज फिर किसान मजदूर संघर्ष कमेटी ते दोवां फोरमां ने जिहड़ी लड़ाई विढ़ी आ इह लड़ाई लड़न वास्ते असीं नौजवानां नूं सुनेहा दित्ता हर वर्ग नूं सुनेहा दित्ता तुसीं वेखदे जे इत्थों लैके ते राजपुर तक जिहड़े साडे नौजवान किसान बजुर्ग मजदूर हर वर्ग इत्थे आ तीर्थ स्थान बन गया वा अज ऐतवार दा दिन सी इत्थे साडियां सत्कारयोग मावां भैणां बच्चियां बच्चे इत्थे जिस तरह किसे गुरद्वारे मत्था टेकन आईदा वा इस बार्डर नूं नमस्तक होके जांदे रहे फौज देख के जांदे रहे ये फौज जिहड़ी लगी आ ना ते चीन दे बार्डर ते होगी ना पाकिस्तान दे बार्डर ते होगी जदों असीं इधर नूं वैसे भी जांदे आ उधरों गोले दागे जांदे आ जिहड़ा कि केंद्र ते खट्टर सरकार दे वास्ते नखेधी वाली गल आ किते ना किते तुहाडे मीडिया राहीं जदों गल वर्ल्ड तक जा रही आ जदों मोदी सरकार ये बाहर जाऊगी बाहरले कंट्री जाऊगी इन्हां नूं उत्थों लानतां वी पैणगीआं चौथे दिन दी मीटिंग चलदी आ चौथे दिन की मीटिंग जे अज कोई सिट्टा नहीं निकलता तीन मीटिंगा बेसिट्टा निकल गई ने जे अज सिट्टा नहीं निकलता तुहाडे जथेबंदे दे आगू कोई इहो जिहा प्रोग्राम देणगे क्योंकि नौजवान बड़े अके फिरदे आ कहिंदे वी सानूं दिओ इजाजतां इह तां अहीं 10 मिंटां च पार करके दिल्ली पहुंच जांगे क्योंकि दीप सिद्धू उह हस्ती सी जदों बैरीकेड तोड़े 12 घंटिआं दे विच दिल्ली लै गिआ सीगा ਉਹ ਜਾ ਕਿਤੇ ਆਗੂ ਸਾਡੇ ਵਿੱਚ ਅੱਜ ਕਿਤੇ ਘਾਟ ਮਹਿਸੂਸ ਤੇ ਨਹੀਂ ਹੁੰਦੀ ਸਾਡੇ ਸਾਡੇ ਨੌਜਵਾਨਾਂ ਨੂੰ ਜਿਹੜੀ ਅੱਜ ਦੀ ਮੀਟਿੰਗ ਆ ਇਸ ਮੀਟਿੰਗ ਦੇ ਵਿੱਚ ਜਿਹੜਾ ਵਾ ਵੇਖੋ ਗੱਲਬਾਤ ਚੱਲ ਰਹੀ ਆ ਕਿਹੜੇ ਰੋਕ ਨਿਕਲਦੀ ਆ ਕਿੱਦਾਂ ਨਿਕਲਦੀ ਕਿਉਂ ਸਰਕਾਰ ਨੇ ਬੜੇ ਹੱਥ ਕੰਡੇ ਪਨਾਉਣੇ ਦੇ ਜਿਹੜੇ ਸਾਡੇ ਸਤਿਕਾਰਯੋਗ ਨੌਜਵਾਨ ਵੀਰ ਆ ਇਹਨਾਂ ਤੋਂ ਬਿਨਾ ਨਾ ਤੇ ਜੰਗ ਪਹਿਲਾਂ ਕੋਈ ਲੜੀ ਗਈ ਤੇ ਨਾ ਗਾਂ ਲੜੀ ਜਾਊ ਮੰਨ ਲਓ ਜਦੋਂ ਮੀਟਿੰਗ 'ਚ ਸਾਡੇ ਆਗੂ ਬਾਹਰ ਹੁੰਦੇ ਆ ਦੇਖੋ ਕੱਲਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਇਹ ਸੰਗਠਨ ਨਹੀਂਗਾ ਕੱਲਾ ਡੱਲੇਵਾਲ ਦਾ ਸੰਗਠਨ ਨਹੀਂਗਾ ਇਹ 206 ਜਥੇਬੰਦੀਆਂ ਭਾਰਤ ਦੀਆਂ ਹਰ ਜਗ੍ਹਾ ਤੋਂ ਆਈਆਂ ਵਾ ਵੇਖੋ ਜਦੋਂ ਗੱਲਬਾਤ ਟੁੱਟਦੀ ਆ ਜਾਂ ਬਣਦੀ ਆ ਉਹ ਪਹਿਲਾਂ ਆਪਣੀ ਜਥੇਬੰਦੀ 'ਚ ਵਿਚਾਰਿਆ ਜਾਊਗਾ ਫਿਰ ਜਿਹੜਾ ਗੈਰ ਨਾਜ਼ਰਿਕ ਡੱਲੇਵਾਲ ਦਾ ਮੋਰਚਾ ਉਹਦੇ ਆਗੂਆਂ ਨਾਲ ਵਿਚਾਰਿਆ ਜਾਊਗਾ ਉਹ ਤੋਂ ਬਾਅਦ ਕੱਲ 11 ਵਜੇ ਇੱਥੇ ਪੀਸੀ ਕੀਤੀ ਜਾਊਗੀ ਪੀਸੀ ਕਰਕੇ ਜਿਹੜੀ ਵੀ ਅਗਲੀ ਰਣਨੀਤੀ ਤੈਅ ਕੀਤੀ ਜਾਊਗੀ ਵੇਖੋ ਘਰੋਂ ਅਸੀਂ ਲੜ ਮਰਨ ਨੂੰ ਤਿਆਰ ਆ ਜਦੋਂ ਅਸੀਂ ਘਰਾਂ ਤੋਂ ਤੁਰਦੇ ਆ ਮੰਜੇ ਆਪਣੇ ਮੁੱਦੇ ਮਾਰ ਕੇ ਆਉਂਦੇ ਆ ਮੰਜੇ ਅਸੀਂ ਆਪਣੇ ਮੁੱਦੇ ਮਾਰ ਕੇ ਤੇ ਫਿਰ ਇੱਥੇ ਆਉਂਦੇ ਆ ਵੀ ਜੇ ਡਾਲਾਂਗੇ ਆਵਾਂਗੇ ਤੇ ਖੜੇ ਡਾਲਾਂਗੇ ਨਹੀਂ ਤੇ ਫਿਰ ਇਸੇ ਮੰਜੇ ਤੇ ਸਾਨੂੰ ਪਾ ਕੇ ਜੋ ਤੁਹਾਡੀ ਕਿਰਿਆ ਕਰਮ ਹੈ ਉਹ ਕਰ ਲਿਓ ਇਸ ਕਰਕੇ ਜੋ ਵੀ ਮੀਟਿੰਗ ਤੋਂ ਬਾਅਦ ਨਿਕਲਦਾ ਉਹ ਕਰਕੇ ਅਸੀਂ ਜਿਹੜਾ ਵਾ ਉਹ ਕਰ ਸਕਦੇ ਆ ਅਸੀਂ ਹਾਲ ਦੀ ਘੜੀ ਜਿਹੜਾ ਵੇਖੋ ਬਿਨਾਂ ਕੀ ਗੱਲਬਾਤ ਹੁੰਦੀ ਆ ਅੱਜ ਅਸੀਂ ਬਿਨਾਂ ਜਿੰਨਾ ਚਿਰ ਗੱਲਬਾਤ ਟੁੱਟਦੀ ਨਹੀਂ ਜਾਂ ਬਣਦੀ ਨਹੀਂ ਉੱਥੇ ਕੁਝ ਵੀ ਕਹਿਣਾ ਜਿਹੜਾ ਉਹ ਗੈਰ ਵਾਜਬ ਆ ਕਿਉਂਕਿ ਸਾਡੀ ਮੰਗ ਆ ਮੰਗਾਂ ਦੇ ਸਿਰ ਤੇ ਖਲੋਤੇ ਆ ਆ ਨੌਜਵਾਨ ਸਾਡੇ ਜਿਹੜੇ ਆ ਇਹ ਠੀਕ ਆ ਨੌਜਵਾਨੀ ਦਾ ਜਜ਼ਬਾ ਪਰ ਅਸਲੀ ਆਗੂ ਕਿਹੜਾ ਹੁੰਦਾ ਵਾ ਜਿਹੜਾ ਘੱਟ ਨੁਕਸਾਨ ਕਰਵਾ ਕੇ ਤੇ ਵੱਧ ਪ੍ਰਾਪਤੀਆਂ ਕਰਾ ਜੇ ਇੱਥੋਂ ਨੌਜਵਾਨਾਂ ਦੀਆਂ ਲਾਸ਼ਾਂ ਲੈ ਕੇ ਅਸੀਂ ਨਹੀਂ ਜਾਣਾ ਚਾਹੁੰਦੇ ਕਿਉਂਕਿ ਨੌਜਵਾਨ ਗੁਰਦੁਆਰਿਆਂ ਸੁੱਖਣਾ ਸੁੱਖ ਕੇ ਇੱਕ ਇੱਕ ਬੱਚਾ ਸਾਡੀਆਂ ਮਾਵਾਂ ਭੈਣਾਂ ਨੇ ਲਿਆ ਵਾ ਕੋਈ ਵੱਡੇ ਸਾਡੇ ਕੋਲ ਰਹਿ ਨਹੀਂ ਗਿਆ ਅੱਧਿਓਂ ਜ਼ਿਆਦਾ ਨੌਜਵਾਨ ਸਾਡਾ ਨਸ਼ੇ ਦੀ ਭੇਟ ਚੜ੍ਹਨ ਤੱਕ ਚਲੇ ਗਿਆ ਅੱਧਿਓਂ ਜ਼ਿਆਦਾ ਜਹਾਜ਼ਾਂ ਦੀਆਂ ਬਾਰੀਆਂ ਫੜ ਗਿਆ ਤੇ ਸਾਡੇ ਕੋਲ ਆ ਜਿਹੜੇ ਨੌਜਵਾਨ ਰਹਿ ਗਏ ਆ ਅਸੀਂ ਇਹਨਾਂ ਨੂੰ ਬਚਾ ਕੇ
ਤੇ ਆਪਣੇ ਮਸਲੇ ਵੀ ਹੱਲ ਕਰਵਾਉਣ ਦੀ ਤਾਕਤ ਰੱਖਦੇ ਹਾਂ ਜੀ। ਨੌਜਵਾਨ ਵੀਰ ਮੇਰੇ ਨਾਲ ਖੜੇ ਨੇ ਇੱਥੇ ਗੱਲਬਾਤ ਕਰ ਲੈਂਦੇ ਹਾਂ। ਹਾਂਜੀ ਵੀਰ ਜੀ ਆਜੋ ਅੱਗੇ ਆਜੋ। ਕੀ ਨਾਮ ਹੈ ਜੀ? ਵਾਹਿ ਖਾਲਸਾ ਵਾਹਿ ਫਤਿਹ ਜੀ। ਸਰ ਜੀ ਖਾਲਸਾ ਵਾਹਿ ਫਤਿਹ। ਤੁਸੀਂ ਗੱਲਬਾਤ ਕਰਨਾ ਚਾਹੁੰਦੇ ਸੀ ਕੁਝ? ਸਾਡਾ ਅਸੀਂ ਗੱਲਬਾਤ ਕਰਨਾ ਚਾਹੁੰਦੇ ਹਾਂ। ਹਾਂ ਜੈ ਜਵਾਨ ਜੈ ਕਿਸਾਨ ਜੀ। ਅਸੀਂ ਸਾਬਕਾ ਸੈਨਿਕ ਸਵਰਸ ਕਮੇਟੀ, ਅਸੀਂ ਫੌਜੀ ਆਦਮੀ ਹੈ। ਅੱਛਾ ਰਿਟਾਇਰਡ ਫੌਜੀ ਹੈ ਜੀ। ਜੀ ਤੁਸੀਂ ਬਾਬਾ ਜੀ ਨੇ ਗੱਲ ਕੀਤੀ ਦੀਪ ਸਿੱਧੂ ਦੀ, ਅਸੀਂ ਉਹਨੂੰ ਸਲੂਟ ਕਰਦੇ ਹਾਂ ਜੀ। ਠੀਕ ਹੈ ਨਾ ਜੀ? ਅਸੀਂ ਉਹਨੂੰ ਮੰਨਦੇ ਹਾਂ ਜੀ ਜੀ। ਉਹਨਾਂ ਨੇ ਜਦੋਂ ਉਹ ਬੋਲਦਾ ਸੀ ਪੰਜਾਬ ਬੋਲਦਾ ਸੀ। ਹਾਂ ਠੀਕ ਹੈ ਜੀ, ਕੋਈ ਸ਼ੱਕ ਕੋਈ ਸ਼ੱਕ ਨਹੀਂ। ਹੁਣ ਇਹ ਬਾਬਾ ਜੀ ਨੇ ਗੱਲ ਕੀਤੀ ਵੀ ਕਹਿੰਦੇ ਵੀ ਕੱਲ ਅੱਜ ਮੀਟਿੰਗ ਹੈ ਕੱਲ ਮੀਟਿੰਗ ਹੈ, ਕੀ ਨਿਕਲਣਾ? ਝੂਠੇ ਬੰਦੇ ਨੂੰ ਅਸੀਂ ਕੀ ਕਰਾਂਗੇ? ਬੋਲੋ, ਝੂਠੇ ਬੰਦੇ ਨੇ, ਉਹਨਾਂ ਨੇ ਕੁਛ ਨਹੀਂ ਕਰਨਾ। ਗਦਾਰ ਆਦਮੀ ਨੇ ਉਹ, ਉਹਨਾਂ ਦੇ ਪੱਲੇ ਕੱਖ ਨਹੀਂ ਜੀ ਜੀ। ਠੀਕ ਹੈ ਨਾ ਜੀ? ਜੀ ਇਹ ਕਹਿੰਦੇ ਨੇ ਬਾਰਡਰ ਲੱਗੇ ਨੇ, ਇਹ ਬਾਰਡਰ ਇੱਕ ਮਿੰਟ ਦਾ ਕੰਮ ਨਹੀਂ ਹੈਗਾ ਜੀ। ਪਰ ਅਸੀਂ ਗੱਲ ਬੋਲਦੇ ਅਸੀਂ ਇਹ ਕੰਮ ਨਹੀਂ ਕਰਨਾ ਚਾਹੁੰਦੇ, ਕਿਉਂਕਿ ਅਸੀਂ ਬਾਰਡਰ ਅਸੀਂ ਜਿੰਨੇ ਮੰਨ ਲਓ 11 ਦੇ 12 ਗੋਲੇ ਚੱਲੇ ਇੱਥੇ ਜੀ ਜੀ, ਰਿਜਨਲ ਗੋਲੀਆਂ ਮਾਰੇ ਆਪਣਾ SLR ਦੀਆਂ, ਮੇਰੇ ਖੁਦ ਪਿੰਡ ਦੇ ਮੁੰਡੇ ਇੱਥੋਂ ਗਈ ਪਿੱਤਲ ਦੀ ਗੋਲੀਆਂ। ਆਹ ਦੇਖੋ ਮੇਰੇ ਇੱਥੇ ਵੱਜੀ ਤੇ ਮੇਰੇ ਖੁਦ ਹੋਇਆ ਜੀ ਜੀ, ਸਾਡੇ ਵੀ ਲੱਗੇ ਨੇ ਨਿਸ਼ਾਨ। ਹਾਂ ਹਾਂ, ਪਰ ਇਦਾਂ ਨਹੀਂ ਹੁੰਦਾ। ਜੇ ਇਹ ਗੱਲ ਕਰਨੀ ਫਿਰ ਸਾਨੂੰ ਵੀ ਤੁਸੀਂ ਦੋ ਖੁੱਲ ਕੋਈ ਇਹ ਧੌਣਾ, ਜਿੱਦਾਂ ਫੁੱਟਬਾਲ ਨਹੀਂ ਉੱਡਦੀ ਉਦਾਂ ਉੱਡਣ ਧੌਣਾ ਇਹ। ਮੇਰੀ ਨੋਟ ਕਰ ਲਓ ਵੀਡੀਓ, ਮੈਂ ਸਿੱਧਾ ਬੋਲਦਾ ਇਹਨਾਂ ਨੂੰ ਚੀਰ ਕੇ, ਇਹਨੇ ਪੱਲੇ ਕੀ ਹੈ ਜੀ? ਠੀਕ ਹੈ, ਮੈਂ ਵੀਰਾਂ ਦੇ ਨਾਲ ਗੱਲਬਾਤ, ਸੈਨਿਕਾਂ ਫੌਜੀ ਨੇ ਜਿਹੜੇ ਵੀਰ ਗੱਲਬਾਤ ਕਰਨਾ ਜੀ, ਜਿਨ੍ਹਾਂ ਜਜ਼ਬਾਤ ਹੈ ਕਿ ਇਹ ਕਹਿੰਦੇ ਕਿ ਸਾਡੇ ਸਾਹਮਣੇ ਆਹ ਪੱਥਰ ਹੈ, ਬੈਰੀਕੇਡ ਕੋਈ ਵੱਡੀ ਗੱਲ ਨਹੀਂ, ਪਰ ਸਾਨੂੰ ਸਾਡੇ ਆਗੂ ਇਜਾਜ਼ਤ ਦੇ ਦੇਣ, ਅਸੀਂ 10 ਮਿੰਟਾਂ ਦੇ ਵਿੱਚ ਇਹ ਜਿਹੜੇ ਪੱਥਰ ਬੈਰੀਕੇਡ ਘੱਗਰ ਚ ਸੁੱਟ ਕੇ ਪਾਰ ਲੰਘ ਜਾਵਾਂਗੇ। ਧੰਨਵਾਦ ਜੀ।